ਸੋ ਹੁਣ ਆਪਾਂ ਪੁੱਛਦੇ ਹਾਂ ਜੀ ਸਾਡੇ ਹਰਜੀਤ ਨੂੰ, ਯਾਨੀ ਕਿ ਹਰਜੀਤ ਸਿੰਘ ਬਾਈ ਜੀ ਨੂੰ। ਬਾਈ ਜੀ, ਸੋ ਕਿਹੋ ਜਿਹਾ ਫਿਰ ਐਕਸਪੀਰੀਅੰਸ ਰਿਹਾ, ਕਿਵੇਂ ਲੱਗਿਆ ਤੁਹਾਨੂੰ ਇਸ ਐਪੀਸੋਡ ਦੇ ਵਿੱਚ ਆ ਕੇ? ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇੱਥੇ ਆ ਕੇ। ਛੋਟੇ ਛੋਟੇ ਬੱਚਿਆਂ ਨੇ ਗਾਇਆ, ਮੈਨੂੰ ਹੋਰ ਜ਼ਿਆਦਾ ਮੇਰਾ ਕੌਨਫੀਡੈਂਸ ਅਪ ਹੋਇਆ ਕਿ ਇੰਨੇ ਇੰਨੇ ਬੱਚੇ ਇੰਨਾ ਕੁਛ ਕਰ ਸਕਦੇ ਅਤੇ ਅਸੀਂ ਤਾਂ ਫਿਰ ਵੀ ਬਹੁਤ ਕੁਛ ਕਰ ਸਕਦੇ ਹਾਂ। ਜੀ ਜੀ। ਅਤੇ ਮੇਰੀ ਇੱਕ ਰਿਕੁਐਸਟ ਹੈ ਪੂਜਾ ਮੈਡਮ ਦੇ ਅੱਗੇ। ਅੱਛਾ। ਉਹਨਾਂ ਦਾ ਮੈਨੂੰ ਗਾਣਾ ਇੱਕ ਬਹੁਤ ਸੋਹਣਾ ਲੱਗਦਾ, ਤਾਜ ਮਹਿਲ, ਮੁੰਡਾ ਤਾਜ ਮਹਿਲ ਤੇਰੇ ਨਾਲ ਕਰਾਉਣ ਨੂੰ ਫਿਰੇ। ਰਾਈਟ, ਪਲੀਜ਼। ਸੋ ਦੋ ਲਾਈਨਾਂ ਪੂਜਾ ਜੀ। ਬਿਲਕੁਲ ਜੀ, ਪਹਿਲਾਂ ਤਾਂ ਥੈਂਕ ਯੂ ਤੁਹਾਡਾ ਇੱਥੇ ਆਉਣ ਵਾਸਤੇ, ਥੈਂਕ ਯੂ ਸੋ ਮੱਚ। ਗਾਣੇ ਦੀ ਤੁਹਾਡੀ ਡਿਮਾਂਡ ਪੱਕਾ ਪੂਰੀ ਕੀਤੀ ਜਾਏਗੀ, ਬਟ ਇੱਕ ਡਿਮਾਂਡ ਤੁਹਾਨੂੰ ਵੀ ਪੂਰੀ ਕਰਨੀ ਪੈਣੀ ਆ। ਫਿਰ ਆ ਜਾਓ ਜੀ ਸਟੇਜ 'ਤੇ, ਇਕੱਠੇ ਭੰਗੜਾ ਪਾਉਂਦੇ ਹਾਂ ਫਿਰ। ਸਚਿਨ ਜੀ, ਫਿਰੋਜ਼ ਜੀ, ਕਲੇਰ ਜੀ, ਪਲੀਜ਼।